ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਚੁੰਨੀ ਖੁਰਦ ਪੁੱਜੇ ਹਾਂ ਅਤੇ ਪਿੰਡ ਦੀ ਸੱਤ ਸਜੀ ਹੋਈ ਹੈ। ਗੱਲਬਾਤ ਕਰਾਂਗੇ ਕਰਤਾਰਪੁਰ ਸਾਹਿਬ ਦੇ ਲਾਂਘੇ ਸੰਬੰਧੀ ਕਿ ਕਿਉਂ ਆਖਿਰ ਕਿਉਂ ਵੱਡੀ ਗਿਣਤੀ ਦੇ ਵਿੱਚ ਇਸ ਧਾਰਮਿਕ ਮਾਹੌਲ ਨੂੰ ਸਿਆਸੀ ਰੰਗਤ ਕਿਉਂ ਦਿੱਤੀ ਜਾ ਰਹੀ ਹੈ, ਇਸ ਬਾਬਤ ਇਸ ਪਿੰਡ ਵਾਸੀਆਂ ਦਾ ਕੀ ਕਹਿਣਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਕਾਫੀ ਵੱਡੇ ਸਵਾਲ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਅਤੇ ਚਾਹੇ ਕਹਿ ਲਈਏ ਕਿ ਵਿਵਾਦ ਵੀ ਉਠਾਏ ਜਾ ਰਹੇ ਨੇ, ਵਿਵਾਦਾਂ ਦੇ ਵਿਚਕਾਰ ਸਿਆਸਤ ਕਿਉਂ ਜ਼ਰੂਰੀ ਹੈ। ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਤੁਹਾਡਾ? ਮੀਹਾ ਸਿੰਘ। ਅੱਛਾ ਮੀਆਂ ਸਿੰਘ, ਜਿਵੇਂ ਕਰਤਾਰਪੁਰ ਸਾਹਿਬ ਦਾ ਲਾਂਘਾ, ਕਿਉਂਕਿ ਲੰਬੇ ਸਮੇਂ ਤੋਂ ਅਰਦਾਸ ਬੇਨਤੀਆਂ ਸੀਗੀਆਂ ਅਤੇ ਅਰਦਾਸ ਬੇਨਤੀਆਂ ਪ੍ਰਵਾਨ ਵੀ ਹੋਈਆਂ, ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਸਿਆਸਤ ਹੋ ਰਹੀ ਹੈ ਇਸ ਲਾਂਘੇ ਨੂੰ ਲੈ ਕੇ? ਸਿਆਸਤ ਹੋ ਰਹੀ, ਸਿਆਸਤ ਹੋ ਰਹੀ, ਹਾਂਜੀ ਸਿਆਸਤ ਹੋ ਰਹੀ। ਇਹ ਜੇ ਬੰਦ ਹੋਏ ਤਾਂ ਬੰਦ ਵੀ ਸਿਆਸਤ ਕਰਾਊਗੀ ਜੀ, ਬੰਦ ਵੀ ਸਿਆਸਤ ਨਹੀਂ ਕਰਾਉਣਾ ਜੀ। ਜਿਹੜੀ ਜੀ BJP ਤਾਂ ਕੋਈ ਸਿੱਖਾਂ ਦਾ ਭਲਾ ਨਹੀਂ ਚਾਹੁੰਦੀ ਜੀ। ਇੱਥੇ ਜਿਹੜੇ ਸਾਡੇ ਦਾੜੀਆਂ ਵਾਲੇ ਆ ਜੀ, ਖਾਸ ਕਰਕੇ ਉਹ ਵੀ ਨਾਲੇ ਰਲੇ ਪਏ ਜੀ। ਉਹਨਾਂ ਦਾ ਇੱਕ ਸਿੱਖ ਹੋਣ ਦਾ ਚਿਹਰਾ ਜੀ ਉਹ, ਪਰ ਅੰਦਰ 'ਤੇ ਤਾਂ ਉਹ BJP ਹੈ ਜੀ, BJP ਹੈ ਜੀ। ਅੱਛਾ, ਕਾਰਨ ਕੀ ਮੰਨਦੇ ਹੋ? ਕਿਉਂਕਿ ਵਿਵਾਦ ਵੀ ਹੋ ਰਹੇ ਨੇ, ਪਾਕਿਸਤਾਨ ਦੇ ਵਾਲੇ ਪਾਸੋਂ ਵੀ ਸਵਾਲ ਉੱਠ ਰਹੇ ਨੇ, ਭਾਰਤ ਵਾਲੇ ਪਾਸੇ ਵੀ ਕਈ ਮੰਤਰੀ ਸਵਾਲ ਉਠਾ ਰਹੇ ਨੇ, ਤੁਹਾਨੂੰ ਕੀ ਲੱਗਦਾ ਕਿ ਅਜਿਹੇ ਸਵਾਲ, ਕਿਉਂਕਿ ਲਾਂਘਾ ਖੁੱਲ੍ਹਣ ਦੇ ਕਿਨਾਰੇ 'ਤੇ ਹੈਗਾ, ਹੁਣ ਇਹ ਜਿਹੇ ਸਵਾਲ ਕਿਉਂ ਉਠਾਏ ਜਾ ਰਹੇ ਨੇ? ਇਹ ਤਾਂ ਜੀ ਉੱਠੂਗੇ, ਖੁੱਲ੍ਹ ਗਿਆ ਨਾ ਫਿਰ ਵੀ ਬਹੁਤਾ ਚਿਰ ਖੁੱਲ੍ਹਣਾ ਨਹੀਂ ਹੈਗਾ ਜੀ, ਫਿਰ ਵੀ ਬੰਦ ਕਰਾ ਦੇਣਾ, ਸਰਕਾਰਾਂ ਨੇ ਬੰਦ ਕਰਾ ਦੇਣਾ। ਕਿਉਂ ਉੱਠ ਕਿਉਂ ਰਹੇ ਨੇ? ਉੱਠਦਾ ਜੀ ਹੁਣ ਸਿਆਸਤ ਇਹਦੇ ਬਾਰੇ ਚੱਲਦੀ ਜੀ, ਗੁਰਦੁਆਰਾ ਵਿੱਚ ਸਿਆਸਤ ਚੱਲਦੀ ਹੈ ਜੀ। ਪਹਿਲਾਂ ਅਕਾਲ ਤਖਤ ਦਾ ਜਥੇਦਾਰ ਹੁੰਦਾ ਤਾ ਜੀ, ਬੜੀ ਮਾਨਤਾ ਹੁੰਦੀ ਤੀ, ਉੱਚਾ ਅਹੁਦਾ ਤਾ ਜੀ, ਠੀਕ ਹੈ ਜੀ। ਪਰ ਅੱਜ ਉਹ ਵੀ ਜੇਬਾਂ ਵਿੱਚ ਤਾਂ ਨਿਕਲਣ ਲੱਗ ਗਿਆ ਜੀ, ਸਿੱਖਾਂ ਦਾ ਭਰੋਸਾ ਰਿਹਾ ਤਾਂ ਕਿੱਥੇ ਰਿਹਾ ਜੀ? ਪਿੰਡ ਵਾਲੇ ਗੁਰਦੁਆਰਾ ਵਿੱਚ ਆਹੀ ਕੰਮ ਹੋ ਗਿਆ ਜੀ, ਸਿਆਸਤ ਇੱਥੇ ਵੀ ਆ ਬੜੀ। ਹੁਣ ਜਿਹੜੇ ਕਹਿ ਦਿੰਦੇ ਹਾਂ ਜੀ ਫਲਾਣੀ ਸਰਕਾਰ ਨਾਲ ਸਾਡੇ ਪਰਚੇ ਕਰਾਏ ਸਾਡੇ ਬੰਦਿਆਂ ਉੱਪਰ, ਇਹ ਸਾਡੇ ਹੀ ਬੰਦੇ ਕਰਾਉਂਦੇ ਆ ਜੀ, ਲਓ ਮੇਰਾ ਬੰਦਾ ਹੈਗਾ ਤੁਹਾਡੇ ਪਰਚਾ ਕਰਾ ਦਿੰਦੇ ਆ ਜਾਓ ਜੀ। ਇੱਥੇ ਹੋਈ ਤੀ ਜੀ ਗੱਲ, ਸੁਖਬੀਰ ਆ ਤਾਂ ਮਰਿੰਡੇ, ਉਹ ਬਹਿਲਾ ਸਿਲਕਪੜਾ ਸਾਡੇ ਪਿੰਡ ਜੀ, ਕਹਿੰਦਾ ਵੀ ਪਹਿਲੀ ਸਰਕਾਰ ਵਿੱਚ ਉਹ ਕਹਿੰਦੇ ਵੀ ਕਿਆ ਫਰਕ ਤਾਂ ਹੁਣ ਕਿਆ ਫਰਕ ਹੈ, ਕਿਹੜੀ ਚੰਗੀ ਹੈ, ਕਹਿੰਦਾ ਤੁਹਾਡੇ ਕੋਲ ਪਰਚੇ ਨਹੀਂ ਹੋਏ ਲੱਗਦੇ, ਉਹ ਕਹਿੰਦਾ ਜੀ ਪਰਚੇ ਹੋਏ ਹੈ, ਕਹਿੰਦਾ ਅੱਛਾ ਆਪਾਂ ਕਰਾਏ, ਕਹਿੰਦਾ ਆਪਣੀ ਸਰਕਾਰ ਵੇ ਆਈ। ਕਿਤੇ ਨਾ ਕਿਤੇ ਲਾਂਘੇ ਦੇ ਉੱਤੇ ਤੁਹਾਡੇ ਕਹਿਣ ਦੇ ਮੁਤਾਬਿਕ ਕਿ ਸਿਆਸੀ ਦਬਾਅ ਬਣ ਰਿਹਾ? ਪੂਰਾ ਦਬਾਅ ਬਣਦਾ ਜੀ, ਪੂਰਾ ਦਬਾਅ ਬਣਦਾ। ਅੱਛਾ, ਜਿਵੇਂ ਕੰਮ ਰੁਕਣ ਦੀਆਂ ਗੱਲਾਂ ਵੀ ਹੋ ਰਹੀਆਂ ਨੇ, ਪੰਜਾਬ ਦੇ ਕੈਬਨਿਟ ਮੰਤਰੀ ਵੀ ਇਹ ਦਾਅਵਾ ਕਰ ਰਹੇ ਨੇ ਕਿ ਭਾਰਤ ਵਾਲੇ ਪਾਸੇ ਜਿਹੜਾ ਕੰਮ ਹੌਲੀ ਚੱਲ ਰਿਹਾ, ਪਾਕਿਸਤਾਨ ਵਾਲੇ ਪਾਸੇ ਤੇਜ਼ ਹੈਗਾ, ਇਹ ਕਾਰਨ ਕੀ ਮੰਨਦੇ ਹੋ ਕਿ ਸਰਕਾਰ ਦੀ ਢਿੱਲ ਕਿੱਥੇ ਹੈਗੀ ਹੈ? ਕਿਉਂ ਕੰਮ ਪੰਜਾਬ, ਹਾਲਾਂਕਿ ਮੰਗ ਭਾਰਤ ਦੀ ਹੈ, ਪੰਜਾਬ ਦੀ ਹੈ, ਕੰਮ ਇੱਧਰ ਛੇਤੀ ਹੋਣਾ ਚਾਹੀਦਾ ਸੀਗਾ? ਨਹੀਂ ਜੀ, ਇਹ ਤਾਂ ਮੰਗ ਜੇ ਸੋਚਿਆ ਪੰਜਾਬ ਦੀ ਹੋ ਜੀ, ਭਾਰਤ ਦੀ ਤਾਂ ਹੈ ਨਹੀਂ ਜੀ। ਕਿਉਂਕਿ ਮੈਂ ਇਸ ਕਰਕੇ, ਕਿਉਂਕਿ ਜਿਹੜੇ ਸਿੱਖ ਹੈਗੇ ਨੇ ਜਾਂ ਗੁਰੂ ਨਾਨਕ ਨਾਮ ਲੇਵਾ ਸੰਗਤ ਹੈ, ਪੂਰੇ ਵਿਸ਼ਵ ਦੇ ਵਿੱਚ ਵਸਦੀ ਹੈਗੀ ਹੈ, ਇਸ ਕਰਕੇ ਅਰਦਾਸ ਬੇਨਤੀਆਂ ਵੀ ਪੂਰਾ ਵਿਸ਼ਵ ਕਰ ਰਿਹਾ ਇਸ ਬਾਬਤ। ਜਿਹੜੇ ਬਾਹਰ ਬੈਠੇ ਸਿੱਖ ਉਹ ਤਾਂ ਚਾਹੁੰਦੇ ਜੀ, ਬਾਹਰਲੇ ਮੁਲਕਾਂ 'ਚ ਬੈਠੇ ਤਾਂ ਚਾਹੁੰਦੇ ਜੀ, ਇੱਥੇ ਪੰਜਾਬ ਵਿੱਚ ਸਿੱਖ ਜਾ ਰਿਹਾ ਜੀ, ਹੋਰ ਤਾਂ ਉਹ ਕੋਈ ਐਡਾ ਕੋਈ ਲਾਂਘਾ ਖੁੱਲ੍ਹਣ ਨੂੰ ਚਾਹੁੰਦਾ ਨਹੀਂ ਹੈਗਾ ਜੀ। ਉਹ ਪਤਾ, ਇਹ ਕਹਿੰਦੇ ਵੀ ਅੱਤਵਾਦੀ ਆਉਂਗੇ, ਅੱਤਵਾਦੀ ਜੇ ਆਉਂਗੇ ਲਿਆਉਂਗੇ ਵੀ ਇਹੀ ਜੀ, ਕੌਣ ਇਹ ਸਰਕਾਰਾਂ ਹੀ ਲਿਆਉਂਗੀਆਂ ਜੀ, ਸਰਕਾਰਾਂ ਹੀ ਲਿਆਉਂਗੀਆਂ ਜੀ। ਹੁਣ ਆ ਜਿਹੜਾ ਚਿੱਟਾ ਕਹਿੰਦੇ ਜੀ ਵੀ ਬਾਰਡਰ ਦੇ ਪਾਰ ਇੱਧਰ ਆਉਂਦਾ, ਹੁਣ ਸਾਡੇ ਹੀ ਬੰਦੇ ਲਿਆਉਣੇ, ਸਾਡੇ ਹੀ ਬੰਦੇ ਲਿਖਾਉਂਦੇ ਜੀ। ਇਹ ਜਿਹੜੇ ਨਸ਼ੇ ਵਿਕ ਰਹੇ ਜੀ, ਆਹਦਾ ਪੰਜਾਬ ਨੂੰ ਬਰਬਾਦ ਕਰਨਾ ਜੀ। ਜੀ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਤੁਹਾਡਾ? ਅੱਛਾ ਜੀ, ਜਿਵੇਂ ਗੱਲ ਕੀਤੀ ਜਾਵੇ ਕਿ ਲਾਂਘੇ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਸਿਆਸਤ ਹੋ ਰਹੀ ਹੈ, ਇਸ ਤੁਹਾਨੂੰ ਲੱਗਦਾ ਕਿ ਕਿਤੇ ਇਹ ਧਾਰਮਿਕ ਲਾਂਘਾ ਹੈਗਾ, ਧਾਰਮਿਕ ਤੌਰ 'ਤੇ ਮਾਨਤਾ ਹੈਗੀ ਹੈ ਲਾਂਘੇ ਦੀ, ਇਹਦੇ ਉੱਤੇ ਵੀ ਸਿਆਸਤ ਜ਼ਰੂਰੀ ਹੈਗੀ ਹੈ ਕਿਆ? ਹਾਂਜੀ, ਸੁਬਰਮਨਿਯਮ ਤੁਹਾਡੇ ਸਾਹਮਣੇ ਹੁਣ ਸਿਆਸਤ ਕਰ ਰਹੇ ਹੈ, ਸੁਬਰਮਨੀ 'ਤੇ ਬਿਆਨ ਦਵਾਇਆ, ਇੱਕ ਬਿਆਨ ਤਾਂ ਦਵਾ ਕੇ ਉਹਨੂੰ ਮਤਲਬ ਇਸ਼ਾਰਾ ਕਰਿਆ ਵੀ ਦੇਖੋ ਲੋਕ ਕਿਆ ਕਹਿੰਦੇ, ਪਰ ਜਾਣ ਬੁੱਝ ਕੇ ਮੋਦੀ ਦਾ ਵਿੱਚ ਹੱਥ ਹੈ ਉਹਦੇ, ਇਹਨਾਂ ਦਾ ਤਾਂ ਲਾਂਘਾ ਖੋਲ੍ਹਣ ਨੂੰ ਮਨ ਕਰਦਾ ਹੀ ਨਹੀਂ, ਇਹ ਤਾਂ ਇੱਕ ਮਜਬੂਰੀ ਤੌਰ 'ਤੇ ਹੁਣ 6 ਦਿਨ ਹੋ ਗਏ ਕੰਮ ਲਾਂਘੇ ਦਾ ਬੰਦ ਕਰਿਆ ਵਾ। ਅੱਛਾ, ਕਾਰਨ ਕੀ ਮੰਨਦੇ ਹੋ ਕਿ ਕਿਉਂ ਕੰਮ ਬੰਦ ਹੋਇਆ, ਇਸ ਤਰ੍ਹਾਂ ਦੇ ਬਿਆਨ ਕਿਉਂ ਦਿੱਤੇ ਜਾ ਰਹੇ ਨੇ? ਇਹ ਤਾਂ ਜੀ ਜੰਮੂ ਕਸ਼ਮੀਰ ਵਾਲਾ ਪੰਜਾਬ 'ਚ ਕਰਨਾ ਚਾਹੁੰਦੇ, ਜੋ ਜੰਮੂ 'ਚ ਕਰਿਆ ਵੀ ਅਸੀਂ ਉਹੀ ਪੰਜਾਬ 'ਚ ਵੀ ਕਰੀਏ, ਹਾਂ ਪੰਜਾਬ ਨੂੰ ਖਤਮ ਕਰਨੇ ਪੱਤੋ ਲਈ ਜੀ। ਅੱਛਾ, ਕਾਰਨ ਕੀ ਮੰਨਦੇ ਹੋ? ਕਿਉਂਕਿ ਹਾਲਾਂਕਿ ਸਿੱਖ ਜਥੇਬੰਦੀਆਂ ਦੇ SS ਦੀ ਚਾਲ ਹੈ ਜੀ, ਹਾਂ ਉਹ ਚਾਹੁੰਦੇ, ਕਹਿ ਨਹੀਂ ਰਹੇ ਹਿੰਦੂ ਰਾਜ ਕਰਨਾ ਸੀ, ਉਹ ਤਾਂ ਆ ਤਾਂ ਫਿਰ ਸਿੱਖ ਤਾਂ ਉਹਨਾਂ ਨੂੰ ਦੁੱਖ ਰਹੇ ਵੀ ਇਹੀ ਅੜਿੱਕਾਂ ਸਾਡੇ ਮੂਹਰੇ, ਇਹ ਅੜਿੱਕਾਂ ਚੱਕ ਦਿਓ ਵਿੱਚ। ਜਿਵੇਂ ਪਾਕਿਸਤਾਨ ਵਾਲੇ ਪਾਸੇ ਕਾਰਵਾਈ ਹੋ ਰਹੀ ਹੈ, ਪਾਕਿਸਤਾਨ ਦੇ ਵੱਲੋਂ ਵੀ ਕੋਈ ਕੁਝ ਬਿਆਨ ਇਸ ਤਰ੍ਹਾਂ ਦੇ ਆ ਰਹੇ ਨੇ? ਕਹਿ ਰਿਹਾ ਮੈਂ ਨਵੰਬਰ 'ਚ ਲਾਂਘਾ ਖੋਲ੍ਹ ਦੇਣਾ, ਇਹ ਅੱਜ 6 ਦਿਨ 'ਤੇ ਆਪਣਾ ਕੰਮ ਬੰਦ ਕਰੀ ਬੈਠੇ, ਇਹ ਬਿਲਕੁਲ ਕੰਮ ਬੰਦ ਕਰਿਆ ਵਾ 6 ਦਿਨ 'ਤੇ। ਜਿਵੇਂ ਕੰਮ ਇੱਧਰ ਹੌਲੀ ਚੱਲ ਰਿਹਾ, ਉੱਧਰ ਤੇਜ਼ ਚੱਲ ਰਿਹਾ, ਢਿੱਲ ਕਿੱਥੇ ਹੈਗੀ? ਤਾਂ ਬਿਲਕੁਲ ਹੀ ਬੰਦ ਕਰਿਆ ਵਾ ਜੀ 6 ਦਿਨ 'ਤੇ, ਹਾਂ
ਕਹਿੰਦੇ ਰੇਤਾ ਨਹੀਂ, ਬਾਜਰੀ ਨਹੀਂ, ਫਲਾਣਾ ਨਹੀਂ, ਇਹੋ ਜਿਹੇ ਅੜਿੱਕੇ ਪਾ ਰਹੇ ਹਾਂ। ਕਿਆ ਸਰਕਾਰ ਨੂੰ ਕਿਹੜੀ ਚੀਜ਼ ਨਹੀਂ ਮਿਲਦੀ? ਹਰ ਚੀਜ਼ ਤੁਹਾਡੇ ਮੁਤਾਬਿਕ ਕਿਉਂ ਨਹੀਂ ਦਿੱਤਾ ਜਾਂਦਾ ਫਿਰ ਉਹ ਸਮਾਨ? ਜਾਣ ਬੁੱਝ ਕੇ ਜੀ ਰੋਕ ਰਹੇ, ਜਾਣ ਬੁੱਝ ਕੇ ਰੋਕ ਰਹੇ। ਹਾਂ, ਇਹ ਤਾਂ ਸਿੱਧੂ ਨੇ ਬਹੁਤ ਬੜੀ ਉਪਰਾਲਾ ਕਰਿਆ ਤਾ, ਲਿਆ ਰੱਖ ਲਾ ਲਿਆ ਤਾ ਲਾਂਘਾ, ਨਹੀਂ ਕੁਲਦੀਪ ਸਿੰਘ ਬਡਾਲਾ ਵਿਚਾਰਾ ਮਰ ਗਿਆ ਅਰਦਾਸਾਂ ਕਰਦਾ, ਹੁਣ ਤੱਕ ਖੁੱਲ੍ਹਿਆ। ਇਹਨਾਂ ਦੀ ਨੀਤ ਨਹੀਂ ਸੀ ਖੋਲ੍ਹਣ ਦੀ, ਇਹ ਤਾਂ ਇੱਕ ਸਿੱਧੂ ਦੀ ਕਿਰਪਾ ਹੋ ਗਈ ਸੀ, ਉਹਦਾ ਯਾਰ ਦੋਸਤ ਆ, ਉਹ ਲਿਆ ਆ ਕਿਸੇ ਤਰ੍ਹਾਂ ਖੁਲਵਾ ਲਿਆ। ਹਾਂ, ਇਹ ਹੁਣ ਬੰਦ ਫਿਰ ਕਰਨੇ ਤਿਆਰ ਹੈ। ਅੱਛਾ, ਕਿਤੇ ਨਾ ਕਿਤੇ ਤੁਹਾਨੂੰ ਲੱਗ ਰਿਹਾ ਕਿ ਖੋਲ੍ਹਣਾ ਨਹੀਂ ਚਾਹੁੰਦੀਆਂ ਸਰਕਾਰਾਂ? ਬਿਲਕੁਲ ਨਹੀਂ ਚਾਹੁੰਦੀਆਂ, ਭਾਰਤੀ ਜਨਤਾ ਪਾਰਟੀ ਦਾ ਬਿਲਕੁਲ ਹੀ ਨਹੀਂ ਚਾਹੁੰਦੀ। ਫਿਰ ਪੰਜਾਬ ਸਰਕਾਰ ਦਾ ਕੀ ਰੋਲ ਹੈਗਾ ਇਹਦੇ ਵਿੱਚ? ਕੰਮ ਕਰਿਆ ਪੰਜਾਬ ਸਰਕਾਰ ਦਾ ਕੀ ਰੋਲ ਹੈਗਾ ਇਹਦੇ ਵਿੱਚ? ਪੰਜਾਬ ਸਰਕਾਰ ਵੀ ਇਹ ਕੈਪਟਨ ਤਾਂ ਰਲਿਆ ਵਾ ਉਹਨਾਂ ਨਾਲ, ਕੈਪਟਨ ਭਾਰਤੀ ਜਨਤਾ ਪਾਰਟੀ ਨਾਲ ਰਲਿਆ ਵਾ, ਹਰ ਗੱਲ ਉਹਨਾਂ ਦੇ ਕਹੇ 'ਤੇ ਕਰਦਾ, ਜੋ ਵੀ ਕਰਦਾ ਪੰਜਾਬ ਨੂੰ ਬਰਬਾਦ ਕਰਨੇ ਪਰ ਤੁਲਿਆ ਵਾ, ਬਦਲਾਂ ਨੂੰ ਕਦੇ ਨਹੀਂ ਫੜਦਾ। ਇਹੋ ਗੱਲ ਹੈ, ਸਿੱਧੀ ਤਾਂ ਆ ਰਹੀ ਹੈ ਮੀਡੀਏਟੇ ਪਰ, ਇਹਦੀ ਹਰਪ੍ਰੀਤ ਨੇ ਸਿੱਧਾ ਦੇ ਲਿਆ, ਇਹਦੇ ਜਿਹੜਾ ਸਿੱਟ ਬਣਾਈ ਤੀ ਇਹਨੇ, ਉਹਦੇ ਵੀ ਉਹ ਵੀ ਨਹੀਂ ਮੰਨਦਾ, ਹਾਈ ਕੋਰਟ ਦੀਆਂ ਰਿਪੋਰਟਾਂ ਨੂੰ ਨਹੀਂ ਮੰਨਦਾ, ਉਹਨਾਂ ਨਾਲ ਰਲਿਆ ਵੇ ਵੀ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ। ਲਗਾਤਾਰ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਗੱਲਬਾਤ ਕਰ ਰਹੇ ਹਾਂ। ਪਿੰਡ ਦੇ ਲੋਕਾਂ ਦੇ ਵੱਲੋਂ ਪਹਿਲਾਂ ਵੀ ਗੱਲਬਾਤ ਕੀਤੀ ਹੈ, ਉਹਨਾਂ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਇਸ ਲਾਂਘੇ ਨੂੰ ਲੈ ਕੇ ਦੋਵਾਂ ਦੇਸ਼ਾਂ ਦੀ, ਖਾਸ ਕਰ ਭਾਰਤ ਸਰਕਾਰ ਦੇ ਉੱਤੇ ਸਵਾਲ ਚੁੱਕੇ ਨੇ ਕਿ ਇਹ ਸਰਕਾਰ ਹੀ ਲਾਂਘੇ ਦੇ ਕੰਮ ਨੂੰ ਲੈ ਕੇ ਸੰਜੀਦਾ ਨਹੀਂ ਹੈਗੀ, ਇਸ ਨਾਲ ਸੰਜੀਦਾ ਕਦਮ ਚੁੱਕੇ ਜਾ ਰਹੇ ਨੇ। ਪਰ ਲਗਾਤਾਰ ਸਵਾਲ ਇੱਥੇ ਇਹ ਉਠਾਏ ਜਾ ਰਹੇ ਨੇ ਕਿ ਇਸ ਧਾਰਮਿਕ ਸਮਾਗਮ ਨੂੰ, ਧਾਰਮਿਕ ਕੰਮ ਨੂੰ ਲੈ ਕੇ ਸਿਆਸੀ ਰੰਗਤ ਕਿਉਂ ਦਿੱਤੀ ਜਾ ਰਹੀ ਹੈ? ਸਾਡੇ ਸਿਆਸੀ ਆਗੂ ਵੱਖ ਵੱਖ ਤਰ੍ਹਾਂ ਦੇ ਬਿਆਨ ਕਿਉਂ ਦੇ ਰਹੇ ਨੇ ਕਿ ਲਾਂਘੇ ਨੂੰ ਲੈ ਕੇ? ਵੱਖ ਵੱਖ ਤਰ੍ਹਾਂ ਦੇ ਬਿਆਨਾਂ ਦਾ ਪੰਜਾਬ ਦੇ ਲੋਕਾਂ ਦੇ ਉੱਤੇ ਕੀ ਅਸਰ ਹੈ ਅਤੇ ਕਿਸ ਤਰ੍ਹਾਂ ਸੋਚ ਰਹੇ ਨੇ? ਹੋਰ ਲੋਕ ਮੌਜੂਦ ਨੇ, ਜਾਣਦੇ ਹਾਂ ਕਿ ਕਾਰਨ ਕੀ ਨੇ, ਕਿਉਂ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ? ਸੁਰਿੰਦਰ ਸਿੰਘ ਜੀ। ਅੱਛਾ ਸੁਰਿੰਦਰ ਜੀ, ਜਿਵੇਂ ਲਾਂਘੇ ਨੂੰ ਲੈ ਕੇ ਹਰ ਇੱਕ ਬੰਦਾ ਜਾਂ ਹਰ ਇੱਕ ਸਿੱਖ ਦੀ ਗੱਲ ਕੀਤੀ ਜਾਵੇ ਤਾਂ ਅਰਦਾਸ ਬੇਨਤੀਆਂ ਕੀਤੀਆਂ ਜਾਂਦੀਆਂ ਨੇ, ਅਰਦਾਸ ਬੇਨਤੀਆਂ ਪ੍ਰਵਾਨ ਹੁੰਦੀਆਂ ਵੀ ਨਜ਼ਰ ਆਈਆਂ, ਪਰ ਹੁਣ ਕਿਤੇ ਨਾ ਕਿਤੇ ਜਦੋਂ ਲਾਂਘਾ ਖੁੱਲ੍ਹਣ ਦੇ ਕਿਨਾਰੇ ਦੇ ਉੱਤੇ ਹੈਗਾ, ਸਵਾਲ ਉਠਾਏ ਜਾ ਰਹੇ ਨੇ, ਸਿਆਸੀ ਰੰਗਤ ਵੀ ਦਿੱਤੀ ਜਾ ਰਹੀ ਹੈ। ਸਰਕਾਰਾਂ ਦੀ ਕੰਮ ਹੈ ਜੀ, ਸਰਕਾਰ ਹੀ ਚਾਹੁੰਦੀਆਂ ਗੱਲਾਂ ਦੋਏ, ਨਾ ਪੰਜਾਬ ਸਰਕਾਰ ਚਾਹੇ ਨਾ ਕੇਂਦਰੀ ਸਰਕਾਰ ਚਾਹੁੰਦੀ ਹੈ, ਇਹੀ ਨਹੀਂ ਚਾਹੁੰਦੇ ਸਾਡੇ ਸਿੱਖੇ, ਹੋਰ ਕਿਵੇਂ? ਅੱਛਾ, ਜਿਵੇਂ ਗੱਲ ਕੀਤੀ ਜਾਵੇ ਕਿ ਵੱਖ ਵੱਖ ਤਰ੍ਹਾਂ ਦੇ ਬਿਆਨ ਵੀ ਦਿੱਤੇ ਜਾ ਰਹੇ ਨੇ, ਫਿਰ ਸਿਆਸੀ ਰੰਗਤ ਕਿਉਂ ਦਿੱਤੀ ਜਾ ਰਹੀ ਹੈ ਧਾਰਮਿਕ ਸਮਾਗਮ ਨੇ, ਤਾਂ ਹਰ ਇੱਕ ਸਰਕਾਰ ਜਾਂ ਹਰ ਇੱਕ ਸਿਆਸੀ ਆਗੂ ਅੱਗੇ ਕਿਉਂ ਨਹੀਂ ਆ ਰਿਹਾ? ਤਾਂ ਉਹ ਤੁਰਦੇ ਹੀ ਨਹੀਂ। ਹਾਂ, ਉਹ ਤਾਂ ਆਪਣੀ ਸ਼ਾਤ ਪਰ ਹੁੰਦਾ, ਆਪਣੀ ਸਰਕਾਰ ਬਣਾਉਣੇ ਪਰ ਮਤਪਲਾ ਰਹਿੰਦਾ, ਉਹਨਾਂ ਨੂੰ ਚਾਹੀਦਾ ਧਰਮ ਵਾਲੇ ਦਾ ਕੋਈ ਚੱਕਰ ਨਹੀਂ ਹੈਗਾ। ਪੰਜਾਬ ਸਰਕਾਰ ਦਾ ਕੀ ਰੋਲ ਹੈਗਾ? ਪੰਜਾਬ ਸਰਕਾਰ ਦਾ ਵੀ ਆਹੀ ਕੁਛ ਹੈ, ਬਾਦਲ ਰਾਜਾ ਸਾਹਿਬ ਦਾ ਮਿਲੇ ਮੈਂ ਤਾਂ ਬੱਲੇ ਹੀ, ਕਦੀ ਟੰਗ ਮਾਰੀ ਉੱਧਰ, ਕਦੀ ਉੱਧਰ, ਦਾ ਚੱਕਰ ਇਹਨੂੰ ਕੋਈ ਹੈਗਾ? ਇਹਨੇ ਕਿਆ ਖੋਲ੍ਹਣ ਦੇਣਾ? ਅੱਛਾ, ਜਦੋਂ ਹੁਣ ਬਿਆਨਬਾਜ਼ੀਆਂ ਆ ਰਹੀਆਂ, SGPC ਨੇ ਵੀ ਕੋਈ ਨਾ ਕੋਈ ਕਦਮ ਤੁਹਾਡੇ ਮੁਤਾਬਿਕ ਲੱਗਦਾ ਨਹੀਂ ਕਿ ਚੁੱਕਣਾ ਚਾਹੀਦਾ? ਚਾਹੀਦਾ, ਜ਼ਰੂਰ ਚਾਹੀਦਾ, ਚੁੱਕੇ ਕਿਉਂ ਨਹੀਂ ਜਾਂਦੇ? ਉਹ ਫਿਰ ਆਹੀ ਤਾਂ ਚੱਕਰ ਆ, ਸ਼ਾਤ ਖੇਲ ਸਭ ਵਿੱਚ ਆ ਗਿਆ, ਉਹਦਾ ਬਾਦਲ ਬੱਲੇ ਜੇ ਹੱਥ ਰੱਖਿਆ ਉੱਧਰ ਕਹਿੰਦੇ ਉੱਕਣ ਚੱਲਣੀ ਆ ਜੀ। ਹਾਂਜੀ। ਅੱਛਾ, ਜਿਵੇਂ ਹਰ ਇੱਕ ਦੀ ਬੇਨਤੀ ਹੈਗੀ ਹੈ ਕਿ ਲਾਂਘਾ ਸਮੇਂ ਸਿਰ ਖੁੱਲ੍ਹਣਾ ਚਾਹੀਦਾ, ਹਰ ਇੱਕ ਨੂੰ ਜਾਣ ਦੀ ਆਗਿਆ ਹੋਣੀ ਚਾਹੀਦੀ ਹੈ, ਸਵਾਲ ਇੱਥੇ ਹੈਗਾ ਕਿ ਜੇ ਇਸੇ ਤਰ੍ਹਾਂ ਹੀ ਤਲਖੀ ਬਣੀ ਰਹਿੰਦੀ ਹੈ ਲਾਂਘੇ ਨੂੰ ਲੈ ਕੇ ਜਾਂ ਅੜਿੱਕੇ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ, ਤਾਂ ਲਾਂਘਾ ਖੁੱਲ੍ਹਣ ਤੋਂ ਬਾਅਦ ਕਿਤੇ ਨਾ ਕਿਤੇ ਦੋਵਾਂ ਦੇਸ਼ਾਂ ਦੀ ਤਲਖੀ ਦਾ ਅਸਰ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਸਕਦਾ? ਜ਼ਰੂਰ ਪਊਗਾ ਜੀ, ਜ਼ਰੂਰ। ਹਾਂ, ਜੇ ਸਹਿਮਤੀ ਮੈਂ ਨਾ ਖੋਲ੍ਹਿਆ, ਕੋਈ ਨਾ ਕੋਈ ਰੁਕਾਵਟੀਆਂ ਪਈਆਂ, ਇਹ ਤਾਂ ਹੋਣਾ ਹੀ ਹੋਣਾ ਜਿਹਾ ਕੰਮ, ਫਿਰ ਕੁਛ ਨਹੀਂ ਬਣਨਾ ਹੈਗਾ। ਕੀ ਮੰਗ ਕਰਦੇ ਹੋ ਕਿ ਕਿਸ ਤਰ੍ਹਾਂ ਦੋਵਾਂ ਦੇਸ਼ਾਂ ਨੂੰ ਸਥਿਤੀ ਬਣਾਉਣੀ ਚਾਹੀਦੀ? ਬਣਨਾ ਚਾਹੀਦਾ, ਖੁੱਲ੍ਹਣਾ ਚਾਹੀਦਾ ਜ਼ਰੂਰ, ਖੱਦੀ ਮੰਗ ਹੈ ਸੰਸਾਰ ਦੀ, ਉਹ ਪੂਰੀ ਹੋਣੀ ਚਾਹੀਦੀ ਹੈ ਜੀ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਤੁਹਾਡਾ? ਨਜ਼ਾਰ ਸਿੰਘ ਹੈ। ਅੱਛਾ, ਜਿਵੇਂ ਲਾਂਘੇ ਨੂੰ ਲੈ ਕੇ ਹਰ ਇੱਕ ਦੀ ਬੇਨਤੀ ਹੈਗੀ ਹੈ, ਪਰ ਇਸ ਲਾਂਘੇ ਦੇ ਮੁਤਾਬਿਕ ਹੁਣ ਸਿਆਸਤ ਵੀ ਹੋ ਰਹੀ ਹੈਗੀ ਹੈ, ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਸਰਕਾਰ ਜਾਂ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਸੰਜੀਦਾ ਨਹੀਂ ਦਿਖ ਰਹੀ ਇਸ ਮਾਮਲੇ ਨੂੰ ਲੈ ਕੇ? ਜੀ ਹਾਂ, ਬਸ ਲਾਂਘਾ ਖੁੱਲ੍ਹਣ ਚਾਹੀਦਾ, ਸਾਨੂੰ ਤਾਂ ਸਾਰੇ ਜਾਣੇ ਆਉਣੇ ਚਾਹੀਦੇ, ਸਰਕਾਰਾਂ ਹੀ ਕਰਦੀਆਂ, ਬਸ ਇਹੀ ਕਰਦੇ ਹਾਂ। ਅੱਛਾ, ਜਿਵੇਂ ਪੰਜਾਬ ਸਰਕਾਰ ਵੀ ਕਹਿੰਦੀ ਹੈ ਕਿ ਲਾਂਘਾ ਖੁੱਲ੍ਹਣ ਦੇ ਲਈ ਅਲੱਗ ਅਲੱਗ ਤਰ੍ਹਾਂ ਦੀਆਂ ਮੰਗ ਵੀ ਰੱਖ ਰਹੀ ਹੈ, ਤੁਹਾਨੂੰ ਲੱਗਦਾ ਕਿ ਪੰਜਾਬ ਸਰਕਾਰ ਵੀ ਸੰਜੀਦਾ ਹੈਗੀ ਹੈ ਇਸ ਮਾਮਲੇ ਨੂੰ ਲੈ ਕੇ? ਆਹੀ ਤਾਂ ਪੱਟੀ ਮੇਸ਼ ਕਰਦੀਆਂ ਰਲ ਕੇ ਇਹ ਸਰਕਾਰਾਂ, ਲਾਂਘਾ ਖੁੱਲ੍ਹਣ ਨਹੀਂ ਦਿੰਦੀਆਂ ਇਹ। ਹਾਂ, ਸਾਨੂੰ ਤਾਂ ਲਾਂਘਾ ਖੁੱਲ੍ਹਣਾ ਚਾਹੀਦਾ। ਪਿੰਡ ਦੇ ਕੁਝ ਹੋਰ ਲੋਕ ਮੌਜੂਦ ਨੇ, ਜਾਣਦੇ ਹਾਂ ਕਿ ਲਾਂਘੇ ਪ੍ਰਤੀ ਉਹ ਕੀ ਸੋਚਦੇ ਨੇ। ਹਾਲਾਂਕਿ ਸਿਆਸਤ ਬੇਸ਼ੱਕ ਵੱਖਰੇ ਵੱਖਰੇ ਬਿਆਨ ਦਿੰਦੀ ਹੈ, ਪਰ ਸਿਆਸੀ ਬਿਆਨਾਂ ਨੂੰ ਇਹ ਲੋਕ ਕੀ ਸੋਚਦੇ ਨੇ, ਉਹਨਾਂ ਨੂੰ ਕਿਸ ਤਰ੍ਹਾਂ ਨਜ਼ਰਅੰਦਾਜ਼ ਕਰਦੇ ਨੇ ਜਾਂ ਫਿਰ ਉਹਨਾਂ ਪ੍ਰਤੀ ਕੋਈ ਰਾਏ ਰੱਖਦੇ ਨੇ, ਜਾਣਦੇ ਹਾਂ ਕਿ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਤੁਹਾਡਾ? ਜਸਪਾਲ ਸਿੰਘ ਹੈ ਜੀ। ਜਸਪਾਲ ਜੀ, ਜਿਵੇਂ ਲਾਂਘੇ ਨੂੰ ਲੈ ਕੇ ਬਿਆਨ ਆਉਂਦੇ ਨੇ, ਵੱਖ ਵੱਖ ਲੀਡਰਾਂ ਦੇ ਬਿਆਨ ਆਉਂਦੇ ਨੇ, ਭਾਰਤ ਸਰਕਾਰ ਵੀ ਬਿਆਨ ਜਾਰੀ ਕਰਦੀ ਹੈ, ਹਾਲਾਂਕਿ
ਪਰ ਤੁਹਾਨੂੰ ਕੀ ਲੱਗਦਾ ਕਿ ਇਸ ਲਾਂਘੇ ਪ੍ਰਤੀ ਸਿਆਸੀ ਰੰਗਤ ਕਿਉਂ ਦਿੱਤੀ ਜਾ ਰਹੀ ਹੈ, ਸਿਆਸਤ ਕਿਉਂ ਹੋ ਰਹੀ ਹੈ? ਜਿਹੜੀ ਵੀ ਸਰਕਾਰ ਆਉਂਦੀ ਜੀ, ਇਹ ਲਾਂਘੇ ਪਰ ਆਪਾਂ ਸਿਆਸਤ ਕਰੀ ਜਾਂਦੇ ਹਾਂ, ਹੋਰ ਕੋਈ ਗੱਲਬਾਤ ਨਹੀਂ। ਲਾਂਘਾ ਖੁੱਲ੍ਹਣਾ ਚਾਹੀਦਾ ਵੈਸੇ, ਕਿਉਂਕਿ ਸਿੱਖਾਂ ਦਾ ਮੇਨ ਉੱਥੇ ਨਨਕਾਣਾ ਸਾਹਿਬ ਦਾ ਗੁਰਦੁਆਰਾ, ਇਹ ਜ਼ਰੂਰੀ ਹੈ। ਇਹ ਸਿਆਸੀ ਲੀਡਰ ਤਾਂ ਫਿਰ ਰੋਟੀਆਂ ਸੇਕਦੇ ਫਿਰ ਜਾਂਦੇ ਜੀ, ਇੱਕ ਦੂਜੇ ਨੂੰ ਕਹੀ ਜਾਂਦੇ ਹਾਂ। ਜਿਵੇਂ ਬਿਆਨ ਦਿੰਦੇ ਨੇ ਅਤੇ ਇਹ ਵੀ ਕਿਹਾ ਜਾਂਦਾ, ਹਾਲਾਂਕਿ ਇਹ ਧਾਰਮਿਕ ਜਿਹੜਾ ਇਸਨੂੰ ਧਾਰਮਿਕ ਰੰਗਤ ਦੇਣੀ ਚਾਹੀਦੀ ਹੈ, ਧਾਰਮਿਕ ਤੌਰ 'ਤੇ ਜੁੜਨਾ ਚਾਹੀਦਾ, ਪਰ ਸਿਆਸੀ ਤੌਰ 'ਤੇ ਜੁੜ ਕੇ ਵੱਖਰੇਵੇਂ ਪੈਦਾ ਕੀਤੇ ਜਾ ਰਹੇ ਨੇ, ਵੱਖ ਵੱਖ ਜਿਹੜੇ ਮੁੱਦੇ ਵੀ ਲਾਂਘੇ ਪ੍ਰਤੀ ਉਠਾਏ ਜਾ ਰਹੇ ਨੇ, ਚਾਹੇ ਪਾਕਿਸਤਾਨ ਦੇ ਵੱਲੋਂ ਹੀ ਉਠਾਏ ਜਾਂਦੇ ਹੋਣ, ਭਾਰਤ ਦੇ ਵੱਲੋਂ। ਤੁਹਾਨੂੰ ਲੱਗਦਾ ਕਿ ਜਿਵੇਂ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਇਸ ਮਾਮਲੇ ਪ੍ਰਤੀ ਲਾਂਘੇ ਪ੍ਰਤੀ ਸੰਜੀਦਾ ਹੈਗੀ ਹੈ? ਸਰਕਾਰ ਤਾਂ ਜੀ ਆਪਣੇ ਦੇਖੋ, ਤੁਹਾਨੂੰ ਪਹਿਲਾਂ ਵੀ ਦੱਸ ਗੱਡਿਆਂ ਮੈਂ ਵੀ ਆਪਣੇ ਰੋਟੀਆਂ ਸੇਕਦੇ ਫਿਰਦੇ ਸਾਰੇ ਜੀ, ਇੱਥੋਂ ਇੱਕ ਦੂਜੇ ਨੂੰ ਕਹੀ ਜਾਂਦੇ ਜੀ, ਇੱਕ ਦੂਜੇ ਦੇਖੀ ਜਾਂਦੇ ਵੀ ਕਿਹੜਾ ਕਰਦਾ ਕਿਹੜਾ ਨਹੀਂ ਕਰਦਾ, ਜਿਹੜਾ ਵੀ ਆਉਂਦਾ ਜੀ ਉਹ ਆਪਣੇ ਆਪਣੇ ਬਿਆਨ ਦੇ ਕੇ ਜਾਈ ਜਾਂਦੇ। ਅੜਿੱਕੇ ਕੌਣ ਪਾ ਰਿਹਾ ਫਿਰ ਲਾਂਘੇ ਦੇ ਵਿੱਚ? ਅੜਿੱਕੇ ਤਾਂ ਸਰਕਾਰਾਂ ਹੀ ਪਾਈ ਜਾਂਦੀਆਂ ਆਪ 'ਚ, ਇੱਕ ਦੂਜੇ ਨੂੰ ਕਹੀ ਜਾਂਦੇ ਜੇ, ਕਦੇ ਕਿਸੇ ਨੂੰ ਕਹੇ ਤਾਂ ਕਿਸੇ ਨੂੰ ਕਹਿਤੇ ਜੀ, ਹੋਰ ਕਿਆ ਗੱਲ ਹੈ ਜੀ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਤੁਹਾਡਾ? ਸਤਵਿੰਦਰ ਸਿੰਘ ਜੀ। ਜਿਵੇਂ ਸਤਵਿੰਦਰ ਸਿੰਘ ਜੀ, ਜਿਵੇਂ ਗੱਲ ਕੀਤੀ ਜਾਂਦੀ ਹੈ ਲਾਂਘੇ ਨੂੰ, ਲਾਂਘੇ ਦੇ ਉੱਤੇ ਅਰਦਾਸਾਂ ਵੀ ਹੈਗੀਆਂ, ਚਾਹੇ ਸਿੱਖ ਹੋਣ ਗੈਰ ਸਿੱਖ ਹੋਣ, ਹਰ ਇੱਕ ਦਾ ਜਿਹੜਾ ਅਰਦਾਸ ਹੈਗੀ ਹੈ ਕਿ ਕਿਉਂਕਿ ਗੁਰੂ ਨਾਨਕ ਨਾਮ ਲੇਵਾ ਸੰਗਤ ਲਗਾਤਾਰ ਅਰਦਾਸ ਬੇਨਤੀਆਂ ਕਰ ਰਹੀ ਹੈ, ਅਤੇ ਹੁਣ ਜਦੋਂ ਲਾਂਘਾ ਖੁੱਲ੍ਹਣ ਦੀ ਕਗਾਰ ਦੇ ਉੱਤੇ ਹੈਗਾ, ਤਾਂ ਹੁਣ ਜਿਹੜੇ ਆ ਇਸ ਬਾਬਤ ਅੜਿੱਕੇ ਵੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਿਆਸਤ ਵੀ ਹੋ ਰਹੀ ਹੈ, ਕਾਰਨ ਕੀ ਮੰਨਦੇ ਹੋ, ਜ਼ਿੰਮੇਵਾਰ ਕੌਣ ਹੈ ਸਿਆਸਤ ਕਰਨ ਦੇ ਲਈ? ਦੇਖੋ ਜੀ, ਜਿਹੜੀ ਸਿਆਸਤ ਹੋ ਰਹੀ ਹੈ ਲਾਂਘੇ ਬਾਰੇ 'ਚ, ਇਹ ਤਾਂ ਸਰਕਾਰਾਂ ਦਾ, ਹਕੂਮਤਾਂ ਦਾ, ਆਪਾਂ ਸ਼ੁਰੂ ਤੋਂ ਹੀ ਲਾ ਲਓ ਵੀ ਇਹ ਕੰਮ ਰਿਹਾ ਹੈ। ਪਹਿਲਾਂ ਅੰਗਰੇਜ਼ ਸਰਕਾਰ ਦਾ ਕੰਮ ਹੁੰਦਾ ਸੀ ਪਾੜੋ 'ਤੇ ਰਾਜ ਕਰੋ, ਅਤੇ ਹੁਣ ਜਿਹੜੀਆਂ ਆਪਣੀਆਂ ਸਰਕਾਰਾਂ ਆ ਗਈਆਂ ਇਹਨਾਂ ਦਾ ਵੀ ਇਹੀ ਕੰਮ ਹੈ, ਪਾੜੋ 'ਤੇ ਰਾਜ ਕਰੋ, ਇਹ ਵੋਟਾਂ ਦੇ ਨੇੜੇ ਜਾ ਕੇ ਕੁਛ ਨਾ ਕੁਛ ਮੁੱਦਾ ਉਠਾ ਕੇ। ਹੁਣ ਲਾਂਘੇ ਬਾਰੇ ਆਪਾਂ ਗੱਲ ਕਰਦੇ, ਲਾਂਘਾ ਖੁੱਲ੍ਹਣਾ ਚਾਹੀਦਾ ਹੈ, 72 ਸਾਲ ਤੋਂ ਅਸੀਂ ਅਰਦਾਸਾਂ ਕਰ ਰਹੇ ਹਾਂ, ਪਰ ਹੁਣ ਕੁਛ ਨਾ ਕੁਛ ਬਿਆਨ ਦੇ ਗਏ, ਜਿਵੇਂ ਸੂਰਮ ਆਪਣੇ ਸਵਾਮੀ ਜੀ ਨੇ ਬਿਆਨ ਦਿੱਤਾ ਹੈ, ਬਾਅਦ ਵਿੱਚ ਆਪਣੇ ਨਿੱਜੀ ਵਿਚਾਰ ਕਹਿ ਕੇ ਇਹ ਵਾਪਸ ਲੈ ਲੈਂਦੇ ਨੇ। ਹੈ ਵੀ ਦੇਖਾ ਕੀ ਆਉਂਦਾ, ਕੀ ਦੂਧੇ ਵਿੱਚ ਲੋਕਾਂ ਵਿੱਚ ਹਲਚਲ ਮੱਚਦੀ ਹੈ ਜਾਂ ਨਹੀਂ ਮੱਚਦੀ, ਹੈ ਜਾਣੀ ਕੋਈ ਨਾ ਕੋਈ ਬਹੁਤ ਵੱਡੀ ਸਾਜਿਸ਼ ਚੱਲ ਰਹੀ ਹੈ ਉਹਦੇ ਪਿੱਛੇ ਲਾਂਘੇ ਦੇ ਪ੍ਰਤੀ। ਲਾਂਘੇ ਪ੍ਰਤੀ ਹਾਂ, ਸਰਕਾਰਾਂ ਨਹੀਂ ਚਾਹੁੰਦੀਆਂ, ਇਹ ਆਮ ਮਤਲਬ ਦੋਨਾਂ ਦੇਸ਼ਾਂ ਦੇ ਲੋਕਾਂ ਨੂੰ ਲੜਾ ਕੇ ਇਹ ਜ਼ਿਆਦਾ ਆਪਣੇ ਮਤਲਬ ਰੋਟੀਆਂ ਸਿੱਖਣੀਆਂ ਚਾਹੁੰਦੀਆਂ ਸਿਆਸੀ ਤੌਰ 'ਤੇ। ਜਿਵੇਂ ਪੰਜਾਬ ਸਰਕਾਰ ਦੀ ਗੱਲ ਕਰੀਏ, ਤੁਹਾਨੂੰ ਲੱਗਦਾ ਕਿ ਪੰਜਾਬ ਸਰਕਾਰ ਲਾਂਘਾ ਖੋਲ੍ਹਣ ਦੇ ਪ੍ਰਤੀ ਕਦਮ ਚੁੱਕ ਰਹੀ ਹੈ, ਜਾਂ ਫਿਰ ਯੋਗਦਾਨ ਜਿਹੜਾ ਪੰਜਾਬ ਸਰਕਾਰ ਦਾ ਬਣਦਾ ਉਹ ਦਿੱਤਾ ਜਾ ਰਿਹਾ? ਇਹ ਦੇਖੋ ਜੀ, ਸੰਗਤ ਦਾ ਪ੍ਰੈਸ਼ਰ ਇੰਨਾ ਜ਼ਿਆਦਾ ਵੀ ਇਹਨਾਂ ਨੂੰ ਮਜਬੂਰੀ 'ਚ ਯੋਗਦਾਨ ਚੁੱਕਣਾ ਪੈ ਰਿਹਾ। ਤੁਹਾਡੇ ਮੁਤਾਬਿਕ ਜਿਹੜੀਆਂ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਨਿੱਜੀ ਤੌਰ 'ਤੇ ਰਾਜੀ ਨਹੀਂ ਹੈਗੀਆਂ ਸੰਗਤ ਦੇ ਪ੍ਰੈਸ਼ਰ ਦੇ ਕਰਕੇ? ਹਾਂ, ਸੰਗਤ ਦਾ ਪ੍ਰੈਸ਼ਰ ਹੈਗਾ, ਬਹੁਤ ਦੇਰ ਤੋਂ ਚੱਲ ਰਿਹਾ ਹੈ। ਕੁਛ ਇਹਨਾਂ ਦਾ ਹੈਗਾ ਸਰਕਲ, ਮਤਲਬ ਅੰਦਰੂਨੀ ਤੌਰ 'ਤੇ ਮੈਨੂੰ ਹੁਣ ਸ਼ਬਦ ਲੱਭ ਨਹੀਂ ਕੀ ਸ਼ਬਦ ਕਹਿ ਸਕਾਂ ਇਹਨਾਂ ਬਾਰੇ 'ਚ, ਜਾਨੀ ਸੰਜੀਦਾ ਤੌਰ 'ਤੇ ਉਹ ਨਹੀਂ ਹੈਗੇ ਇਹ ਵੀ ਲਾਂਘੇ ਨੂੰ ਛੇਤੀ ਮੁਕੰਮਲ ਕੀਤਾ ਜਾਵੇ। 72 ਸਾਲ ਤੋਂ ਅਰਦਾਸਾਂ ਕਰ ਰਹੇ ਹਾਂ, ਹੁਣ ਜਿਵੇਂ ਨੇੜੇ ਲੱਗਣ ਦੀ ਕੋਸ਼ਿਸ਼ ਹੋਈ ਸੀ, ਹੁਣ ਇਹ ਘਟਨਾਵਾਂ ਵਾਪਰ ਗਈਆਂ, ਦੇਖੋ ਜੰਮੂ ਨਾਲ ਵਾਪਰ ਗਈ, ਪਤਾ ਨਹੀਂ ਅੱਗੇ ਅੱਗੇ ਕੀ ਇਹਨਾਂ ਨੇ ਕਰਨਾ ਕੀ ਨਹੀਂ, ਬਸ ਇਹ ਹੈ ਜੀ। ਜਿਵੇਂ ਪੰਜਾਬ ਸਰਕਾਰ ਜਾਂ ਪੰਜਾਬ ਦੇ ਕੈਬਨਿਟ ਮੰਤਰੀ ਇਹ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਲਾਂਘੇ ਦਾ ਜਿਹੜਾ ਨਿਰਮਾਣ ਕਾਰਜ ਹੈ ਹੌਲੀ ਚੱਲ ਰਿਹਾ ਹੈ, ਬਿਲਕੁਲ ਹੌਲੀ, ਪਾਕਿਸਤਾਨ ਵਾਲੇ ਪਾਸੇ ਜ਼ਿਆਦਾ ਤੇਜ਼ ਹੈਗਾ, ਉੱਧਰ ਖੁੱਲ੍ਹਣ ਦੀ ਕਗਾਰ ਦੇ ਉੱਤੇ ਹੈ, ਹਾਲਾਂਕਿ ਪਾਕਿਸਤਾਨ ਦੇ ਵੱਲੋਂ ਨਵੰਬਰ ਮਹੀਨੇ ਦੇ ਵਿੱਚ ਖੋਲ੍ਹਣ ਦਾ ਐਲਾਨ ਵੀ ਕੀਤਾ ਗਿਆ। ਤੁਹਾਨੂੰ ਕੀ ਲੱਗ ਰਿਹਾ ਕਿ ਭਾਰਤ ਵਾਲੇ ਪਾਸੇ ਲਾਂਘਾ ਇੰਨਾ ਹੌਲੀ ਕਿਉਂ ਬਣ ਰਿਹਾ, ਹਾਲਾਂਕਿ ਮੰਗ ਪੰਜਾਬ ਸਰਕਾਰ ਜਾਂ ਭਾਰਤ ਦੀ ਹੈਗੀ ਹੈ, ਭਾਰਤ ਦੇ ਸਿੱਖਾਂ ਦੀ ਹੈ? ਇਹ ਥੋੜ੍ਹਾ ਸਿੱਖਾਂ ਨੂੰ ਆਪਣੇ ਨਾ ਨੇੜੇ ਰੱਖਣਾ ਚਾਹੁੰਦੇ ਹੈ, ਮਤਲਬ ਪਾਕਿਸਤਾਨ ਸਰਕਾਰ ਤਾਂ ਵੈਸੇ ਸਿੱਖਾਂ ਦੀ ਭਾਵਨਾਵਾਂ ਨੂੰ ਅਸੀਂ ਕਹੋਗੇ ਵੀ ਸਮਝਦੇ, ਇਹ ਸਰਕਾਰ ਇਮਰਾਨ ਸਰਕਾਰ ਬਾਰੇ ਮੈਂ ਇੰਨੀ ਕੁ ਉਹਨਾਂ ਦੀ ਤਾਰੀਫ ਕਰੂੰਗਾ ਵੀ ਘੱਟੋ ਘੱਟ ਕੋਸ਼ਿਸ਼ ਤਾਂ ਕੀਤੀ ਹੈ ਉਹਨਾਂ ਨੇ, ਇਹਨਾਂ ਨੂੰ ਮਜਬੂਰੀ 'ਚ ਕੋਸ਼ਿਸ਼ ਕਰਨੀ ਪਏਗੀ। ਯਾਨੀ ਸਾਡੀਆਂ ਸਰਕਾਰਾਂ ਹਾਲੇ ਨਹੀਂ ਚਾਹ ਰਹੀਆਂ, ਕਿਸੇ ਨਾ ਕਿਸੇ ਤੋਂ ਬਿਆਨ ਦਵਾ ਕੇ ਬਾਅਦ 'ਚ ਨਿੱਜੀ ਬਿਆਨ ਦੇ ਕੇ ਮੁੱਕਰ ਜਾਣਾ, ਇਹਦੇ ਪਿੱਛੇ ਵੀ ਕੋਈ ਨਾ ਕੋਈ ਮਤਲਬ ਰਾਜ ਕੰਮ ਕਰ ਰਿਹਾ ਹੈ। ਮਤਲਬ ਕੌਣ ਲੱਗ ਰਿਹਾ ਤੁਹਾਨੂੰ ਜ਼ਿੰਮੇਵਾਰ, ਕੌਣ ਲੱਗ ਰਿਹਾ ਲਾਂਘੇ ਦੇ ਵਿੱਚ ਅੜਿੱਕੇ ਪਾਉਣ ਦੇ ਲਈ? ਜ਼ਿੰਮੇਵਾਰ ਤਾਂ ਜਿਹੜੇ ਸੱਤਾ ਦੇ ਕਾਬਜ਼ ਲੋਕ ਹੈ ਜੀ, ਹੁਣ ਆਪਾਂ ਨਾ ਕੀਦਾ ਕਿਤੇ ਲੈ ਸਕਦੇ ਹਾਂ, ਸੱਤਾਧਾਰੀ ਲੋਕ ਕਦੇ ਵੀ ਨਹੀਂ ਚਾਹੁੰਦੇ ਹੈਗੇ ਵੀ ਇਹ ਚੀਜ਼ਾਂ ਹੋਣ, ਮਤਲਬ ਆਪਸ ਵਿੱਚ ਮਿਲਵਰਤਨ ਵਧੇ। ਇਹ ਤਾਂ ਪਾੜੋ ਦੇ ਰਾਜ ਕਰੋ ਦੀ ਨੀਤੀ ਅੰਗਰੇਜ਼ਾਂ ਦੇ ਟਾਈਮ ਦੀ ਚੱਲ ਰਹੀ ਆ, ਹੁਣ ਇਹ ਜਾਰੀ ਰੱਖ ਰਹੇ ਆ ਉਸ ਚੀਜ਼ ਨੂੰ। ਇਹ ਤੁਹਾਡੇ ਮੁਤਾਬਿਕ ਸਿਰਫ ਤੋਂ ਸਿਰਫ ਇੱਕ ਤਾਂ ਸਿੱਖਾਂ ਦੇ ਪ੍ਰੈਸ਼ਰ ਦੇ ਲਈ, ਪ੍ਰੈਸ਼ਨ ਕਰਨ ਲਾਂਘੇ ਦੇ ਲਈ ਸਰਕਾਰ ਸੰਜੀਦਾ ਹੈ, ਅਤੇ ਦੂਜਾ ਸਿਆਸਤ ਵੀ ਇਹਦੇ ਉੱਤੇ ਹੋ ਰਹੀ ਹੈ? ਹਾਂਜੀ ਬਿਲਕੁਲ ਹੋ ਰਹੀ ਹੈ, ਸਿਆਸਤ ਤਾਂ ਬਹੁਤ ਜ਼ਿਆਦਾ ਹਰੇਕ ਕੰਮ ਦੀ ਸਿਆਸਤ ਹੋ ਰਹੀ ਹੈ। ਸਿਆਸਤ ਤਾਂ ਇਹਨਾਂ ਨੂੰ ਮੁੱਦਾ ਚਾਹੀਦਾ, ਕੋਈ ਵੀ ਮੁੱਦਾ ਹੋਵੇ, ਚਾਹੇ ਸਿਆਸੀ ਪਾਰਟੀਆਂ ਦਾ ਇੱਕ ਮੁੱਦਾ ਛੋਟਾ ਜਿਹਾ ਚਾਹੀਦਾ, ਉਹ ਤਾਂ ਬਹੁਤ ਬੜਾ ਭੁਚਾਲ ਬਣਾਇਆ ਜਾਂਦਾ ਇੱਥੇ, ਖਾਸ ਕਰਕੇ ਅਸੀਂ, ਸਾਡਾ ਹਿੰਦੁਸਤਾਨ ਪਾਕਿਸਤਾਨ ਪਿੱਛੇ ਕਿਉਂ ਹੈ, ਇਹਨਾਂ ਸਿਆਸੀ ਲੀਡਰਾਂ ਕਰਕੇ ਪਿੱਛੇ ਹੈ ਜੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਲੋਕ
ਹਾਲਾਂਕਿ ਸਿੱਖ ਜਿਹੜੇ ਹੈਗੇ ਨੇ ਉਹ ਲਗਾਤਾਰ ਅਰਦਾਸ ਬੇਨਤੀਆਂ ਕਰ ਰਹੇ ਨੇ, ਪਰ ਕਿਤੇ ਨਾ ਕਿਤੇ ਇਹਨਾਂ ਅਰਦਾਸ ਬੇਨਤੀਆਂ ਅਤੇ ਇਸ ਪ੍ਰੈਸ਼ਰ ਦੇ ਕਾਰਨ ਹੀ ਲਾਂਘਾ ਖੋਲ੍ਹਣ ਦੇ ਲਈ ਸਰਕਾਰਾਂ ਰਾਜ਼ੀ ਹੋਈਆਂ ਨੇ, ਇਹ ਲੋਕਾਂ ਦਾ ਕਹਿਣਾ। ਸੋ ਕੁਝ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ, ਅਤੇ ਲਗਾਤਾਰ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਬਤ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਆਖਿਰ ਜਦੋਂ ਲਾਂਘਾ ਖੁੱਲ੍ਹਣ ਦੀ ਕਗਾਰ ਦੇ ਉੱਤੇ ਹੈਗਾ ਤਾਂ ਹੁਣ ਸਿਆਸਤ ਕਿਉਂ ਸ਼ੁਰੂ ਹੋਈ ਹੈ, ਸਿਆਸਤ ਕੌਣ ਕਰ ਰਿਹਾ ਅਤੇ ਸਿਆਸਤ ਪਿੱਛੇ ਕਾਰਨ ਕੀ ਹੈ ਨੇ। ਹਾਲਾਂਕਿ ਵੱਖ ਵੱਖ ਰਾਜਨੀਤਿਕ ਆਗੂਆਂ ਦੇ, ਚਾਹੇ ਭਾਰਤ ਸਰਕਾਰ ਦੇ ਹੋਣ ਚਾਹੇ ਇਸ ਪਾਕਿਸਤਾਨ ਦੇ ਸਰਕਾਰ ਦੇ ਹੋਣ, ਵੱਖ ਵੱਖ ਆਗੂਆਂ ਦੇ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ, ਅਤੇ ਇਹਨਾਂ ਬਿਆਨਾਂ ਦੇ ਪੰਜਾਬ ਦੇ ਲੋਕ ਇਹਨਾਂ ਬਿਆਨਾਂ ਤੋਂ ਕੀ ਸਮਝ ਰਹੇ ਨੇ ਅਤੇ ਹੁਣ ਸਿਆਸੀ ਰੰਗਤ ਕਿਉਂ ਦਿੱਤੀ ਜਾ ਰਹੀ ਹੈ, ਮਾਮਲਾ ਤਾਂ ਧਾਰਮਿਕ ਹੈਗਾ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪਹਿਲਾਂ ਸਭ ਕੀ ਨਾਮ ਤੁਹਾਡਾ? ਜਸ ਹਰਿੰਦਰ ਸਿੰਘ ਜੀ। ਜਸ ਪੰਜਾਬੀ ਵਾਲਿਆਂ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਅਸੀਂ, ਸਾਨੂੰ ਜਿਹਨਾਂ ਨੇ ਲੋਕਾਂ ਦੇ ਸਾਹਮਣੇ ਰੂ ਰੂ ਕੀਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਰਸਤੇ ਮੁਤਾਬਕ, ਉਹ ਖੁੱਲ੍ਹਣਾ ਚਾਹੀਦਾ ਰਸਤਾ, ਅਸੀਂ ਚਾਹੁੰਦੇ ਹਾਂ ਉਹ ਰਸਤਾ ਖੋਲ੍ਹਿਆ ਜਾਵੇ। ਜਿਵੇਂ ਨਨਕਾਣੇ ਤੋਂ ਬਿਨਾਂ ਸਿੱਖ ਨਹੀਂ ਬਚ ਸਕਦਾ, ਮੱਕੇ ਤੋਂ ਬਿਨਾਂ ਮੁਸਲਮਾਨ ਨਹੀਂ ਬਚ ਸਕਦਾ, ਉਵੇਂ ਸਾਨੂੰ ਵੀ ਇਹ ਰਸਤਾ ਖੁੱਲ੍ਹਣਾ ਚਾਹੀਦਾ, ਸ਼ਾਂਤੀਪੂਰਵਕ ਹੋਣਾ ਚਾਹੀਦਾ, ਸਾਡਾ ਵਪਾਰ ਵੀ ਖੁੱਲੂਗਾ ਇਹਦੇ ਨਾਲ। ਇਹ ਰਸਤਾ ਬਹੁਤ ਵਧੀਆ, ਜ਼ਰੂਰ ਖੁੱਲ੍ਹਣਾ ਚਾਹੀਦਾ, ਕੋਈ ਸਿਆਸੀ ਅੜਚਣਾ ਆਉਂਦੀਆਂ ਇਹਦੇ 'ਚ ਉਹ ਨਹੀਂ ਆਉਣੀਆਂ ਚਾਹੀਦੀਆਂ, ਹਰ ਇੱਕ ਦਾ ਫਰਜ਼ ਬਣਦਾ, ਹਰ ਇੱਕ ਸਿੱਖ ਦਾ ਫਰਜ਼ ਬਣਦਾ, ਹਰ ਭਾਈ ਦਾ ਇਹ ਖੋਲ੍ਹਣੇ ਰਸਤੇ ਨੂੰ ਖੋਲ੍ਹਿਆ ਜਾਵੇ, ਬੜੀ ਖੁਸ਼ੀ ਦੀ ਗੱਲ ਹੈ। ਅੱਛਾ, ਸਵਾਲ ਇਹ ਹੈਗਾ ਹੈ, ਹਰ ਇੱਕ ਚਾਹੁੰਦਾ ਹੈਗਾ, ਅਰਦਾਸ ਬੇਨਤੀਆਂ ਵੀ ਕੀਤੀਆਂ ਨੇ, ਕਿੰਨੀਆਂ ਅਰਦਾਸ ਬੇਨਤੀਆਂ ਪ੍ਰਵਾਨ ਹੋਈਆਂ ਨੇ ਜਦੋਂ ਲਾਂਘੇ ਸੰਬੰਧੀ ਖਬਰ ਆਉਂਦੀ ਹੈ ਕਿ ਲਾਂਘਾ ਖੁੱਲ੍ਹਣ ਦੇ ਲਈ ਦੋਵਾਂ ਸਰਕਾਰਾਂ ਰਾਜ਼ੀ ਹੁੰਦੀਆਂ ਨੇ, ਅਤੇ ਦੂਜਾ ਸਵਾਲ ਇਹ ਹੈ ਕਿ ਸਰਕਾਰਾਂ ਰਾਜ਼ੀ ਨੇ ਅਤੇ ਹੁਣ ਜਦੋਂ ਲਾਂਘਾ ਖੁੱਲ੍ਹਣ ਦੀ ਕਗਾਰ ਦੇ ਉੱਤੇ ਹੈਗਾ ਤਾਂ ਹੁਣ ਇਸ ਲਾਂਘੇ ਨੂੰ ਲੈ ਕੇ ਵਿਰੋਧ ਕਿਉਂ ਜਿਤਾਇਆ ਜਾ ਰਿਹਾ ਹੈ? ਕਦੇ ਪਾਕਿਸਤਾਨ ਦੇ ਵੱਲੋਂ ਵਿਰੋਧ ਦੀ ਸੁਰ ਉੱਠਦੀ ਹੈ, ਇੱਕ ਬਿਆਨ ਜਾਰੀ ਹੋ ਜਾਂਦਾ ਹੈ, ਅਤੇ ਕਦੇ ਭਾਰਤ ਵਾਲੇ ਪਾਸੇ ਕੋਈ ਆਗੂ ਬਿਆਨ ਦੇ ਦਿੰਦਾ ਕਿ ਲਾਂਘਾ ਨਹੀਂ ਖੁੱਲ੍ਹਣਾ ਚਾਹੀਦਾ, ਜਦੋਂ ਲਾਂਘਾ ਖੁੱਲ੍ਹਣ ਦੀ ਕਗਾਰ 'ਤੇ ਹੈ ਅਤੇ ਬਿਆਨਬਾਜ਼ੀ ਕਿਉਂ ਹੋ ਰਹੀ ਹੈ, ਸਿਆਸਤ ਕਿਉਂ ਹੈਗੀ ਹੈ? ਇਹ ਸਿਆਸਤ ਨਹੀਂ ਹੋਣੀ ਚਾਹੀਦੀ ਜੀ। ਸਭ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਸ਼ੁਰੂਆਤ ਕੀਤੀ, ਅਸੀਂ ਉਹਦਾ ਬਹੁਤ ਧੰਨਵਾਦੀ ਹਾਂ ਨਵਜੋਤ ਸਿੰਘ ਸਿੱਧੂ ਦੇ, ਅਤੇ ਉੱਧਰ ਪਾਕਿਸਤਾਨ ਵਾਲੇ ਇਮਰਾਨ ਖਾਨ ਦੇ ਵੀ, ਉਹਨਾਂ ਨੇ ਇਹ ਬੋਲਿਆ ਵੀ ਜਿਵੇਂ ਸਿੱਖ ਨਹੀਂ ਬਚ ਸਕਦਾ ਨਨਕਾਣੇ ਤੋਂ ਬਿਨਾਂ, ਜਿਵੇਂ ਮੁਸਲਮਾਨ ਮੱਕੇ ਤੋਂ ਬਿਨਾਂ ਨਹੀਂ ਬਚ ਸਕਦਾ, ਉਵੇਂ ਇਹ ਸਿੱਖਾਂ ਨੂੰ ਵੀ ਇਹ ਰਸਤਾ ਖੁੱਲ੍ਹਣਾ ਚਾਹੀਦਾ ਹੈ। ਇਹਦੇ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਾਨੂੰ ਜਿੰਨੇ ਤੀਰਥ ਸਥਾਨ ਆ ਉੱਥੇ ਦਰਸ਼ਨ ਹੋਣਗੇ, ਜਿਹੜੇ ਕਿ ਅਰਦਾਸਾਂ ਹਰ ਰੋਜ਼ ਅਰਦਾਸ ਹੁੰਦੀ ਹੈ, ਅਰਦਾਸ ਵਿੱਚ ਕਿਹਾ ਜਾਂਦਾ ਵੀ ਸਾਨੂੰ ਖਾਲਸਾ ਪੰਥ ਨੂੰ ਸੇਵਾ ਬਖਸ਼ੀ ਜਾਵੇ ਧਾਮਾਂ ਦੀ, ਉਸ ਤਰ੍ਹਾਂ ਸਾਡਾ ਵਪਾਰ ਦਾ ਵੀ ਫਾਇਦਾ ਹੋਊਗਾ। ਜਿਵੇਂ ਪਹਿਲਾਂ ਅੰਗਰੇਜ਼ਾਂ ਨੇ ਵਪਾਰ ਚਲਾਇਆ, ਇੱਥੋਂ ਸਾਡੇ ਸਸਤਾ ਮਾਲ ਲਿਜਾ ਕੇ ਪਾਕਿਸਤਾਨ ਅਫਗਾਨਿਸਤਾਨ ਰਾਹੀਂ ਬਾਹਰ ਜਾਂਦਾ ਸੀ, ਇੰਗਲੈਂਡ ਜਾਂਦਾ ਸੀ, ਉੱਥੋਂ ਸਾਨੂੰ ਮਹਿੰਗਾ ਤਿਆਰ ਕਰਕੇ ਮਾਲ। ਸਰਦਾਰ ਜੀ, ਇੱਕ ਗੱਲ ਇਹ ਪੁੱਛ ਰਿਹਾ ਕਿ ਜਦੋਂ, ਕਿਉਂਕਿ ਧਾਰਮਿਕ ਮਾਮਲਾ ਹੈਗਾ, ਅਤੇ ਇਸ ਧਾਰਮਿਕ ਮਾਮਲੇ ਨੂੰ ਸਿਆਸੀ ਰੰਗਤ ਕਿਉਂ ਦਿੱਤੀ ਜਾ ਰਹੀ ਹੈ, ਇਸ ਮਾਮਲੇ ਨੂੰ ਲੈ ਕੇ ਸਿਆਸਤ ਕਿਉਂ ਕੀਤੀ ਜਾ ਰਹੀ ਹੈ, ਇਹ ਸਿਆਸਤ ਲਈ ਜ਼ਿੰਮੇਵਾਰ ਕੌਣ ਹੈਗਾ? ਇਹ ਸਿਆਸਤ ਹਰ ਇੱਕ ਆਪਣਾ ਸਿਹਰਾ ਚਾਹੁੰਦਾ ਜੀ ਵੀ ਮੈਂ ਇਹ ਕੰਮ ਕਰਾਵਾਂ, ਮੈਂ ਮੋਢੀ ਹੋਵਾਂ, ਮੈਂ ਮੋਢੀ ਹੋਵਾਂ। ਇਹਦੇ ਵਿੱਚ ਸਾਡਾ ਸਭ ਦਾ ਹੀ ਫਰਜ਼ ਬਣਦਾ ਵੀ ਇਹ ਰਸਤਾ ਖੋਲ੍ਹੇ, ਤਾਂ ਕਿ ਵਪਾਰ ਦਾ ਵੀ ਖੁੱਲ੍ਹੇ, ਹੋਰ ਵੀ ਸਾਡਾ ਸਾਨੂੰ ਧਾਰਮਿਕ ਸਥਾਨਾਂ ਯਾਤਰਾ ਵੀ ਸਾਡੀ ਸੌਖੀ ਹੋ ਜਾਵੇ, ਅਤੇ ਸਾਨੂੰ ਇਹ ਬਹੁਤ ਫਾਇਦਾ, ਵਪਾਰ ਦਾ ਹੀ ਫਾਇਦਾ। ਪਰ ਹੋਣਾ ਚਾਹੀਦਾ ਇਹ ਅਮਨਪੂਰਵਕ, ਸ਼ਾਂਤੀਪੂਰਵਕ, ਕੋਈ ਮਤਲਬ ਇਹਦੇ 'ਚ ਐਂ ਨਾ ਹੋਵੇ ਵੀ ਉੱਧਰ ਉੱਧਰ ਸਲਟਾਂ ਚੱਕਣ ਜਾਂ ਹੋਰ ਚੱਕਣ, ਸਾਡਾ ਸਾਡੇ ਅਸੀਂ ਤਾਂ ਚਾਹੁੰਦੇ ਬਾਰਡਰ ਵੀ ਭਾਵੇਂ ਨਾ ਹੋਵੇ, ਸ਼ਾਂਤੀ ਵਾਲਾ ਕੰਮ ਹੋਣਾ ਚਾਹੀਦਾ ਸਾਡਾ ਪਾਕਿਸਤਾਨ ਨਾਲ, ਉਹ ਵੀ ਸਾਡੇ ਭਰਾ ਨੇ। ਜੀ ਬਹੁਤ ਬਹੁਤ ਧੰਨਵਾਦ, ਵਧੀਆ ਵਿਚਾਰ ਰੱਖੇ ਨੇ, ਇਹਨਾਂ ਵਿਚਾਰਾਂ ਦੀ ਲੋੜ ਹੈ, ਸਿਆਸਤਦਾਨਾਂ ਨੂੰ ਵੀ ਵਿਚਾਰ ਅਪਣਾਉਣੇ ਚਾਹੀਦੇ ਨੇ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਰਣਜੀਤ ਸਿੰਘ ਜੀ। ਅੱਛਾ ਰਣਜੀਤ ਜੀ, ਜੇਕਰ ਗੱਲ ਕੀਤੀ ਜਾਵੇ ਤਾਂ ਇਹਨਾਂ ਜਿਹੜੇ ਕਰਤਾਰਪੁਰ ਸਾਹਿਬ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ, ਤੁਹਾਨੂੰ ਲੱਗਦਾ ਕਿ ਜਿਵੇਂ ਭਾਰਤ ਸਰਕਾਰ ਦੀ ਰਣਨੀਤੀ ਹੈਗੀ ਹੈ ਲਾਂਘੇ ਨੂੰ ਲੈ ਕੇ, ਇਸੇ ਤਰ੍ਹਾਂ ਦੀ ਰਣਨੀਤੀ ਵਰਤਣੀ ਚਾਹੀਦੀ ਜਾਂ ਫਿਰ ਹੋਰ ਤਰ੍ਹਾਂ ਦੀ ਮੰਗ ਹੈ, ਤੁਹਾਨੂੰ ਲੱਗਦਾ ਕਿ ਸੰਜੀਦਾ ਹੈਗੀ ਹੈ ਸਰਕਾਰ? ਦੇਖੋ ਜੀ, ਇਸ ਅਸੀਂ ਤਾਂ ਕਹਿੰਦੇ ਵੀ ਬਹੁਤ ਸ਼ੁਕਰ ਹੋਇਆ ਵੀ ਜਿਹੜਾ ਲਾਂਘਾ ਖੁੱਲ੍ਹ ਗਿਆ, ਇਹਦੇ ਕਰਕੇ ਸਾਨੂੰ ਸਾਰਿਆਂ ਨੂੰ ਇਹ ਮਤਲਬ ਚਾਹੀਦਾ ਵੀ ਸਾਡਾ ਬਹੁਤ ਵਧੀਆ, ਬਹੁਤ ਦੇਰ 'ਤੇ ਅਸੀਂ ਅਰਦਾਸ ਕਰਦੇ ਆਉਂਦੇ ਤੇ, ਅਤੇ ਪਾਕਿਸਤਾਨੀ ਵੀ ਜਿਹੜੀ ਜਨਤਾ ਇੱਥੋਂ ਗਈ ਆ ਉਹ ਵੀ ਸਾਡੇ ਨਾਲ ਮਿਲਣੀ ਚਾਹੁੰਦੀ ਆ, ਅਸੀਂ ਵੀ ਮਿਲਣੇ ਚਾਹੁੰਦੇ ਹਾਂ, ਅਸੀਂ ਕਹਿੰਦੇ ਹਾਂ ਵੀ ਜੀ ਬਹੁਤ ਚੰਗਾ ਕੰਮ ਹੋ ਗਿਆ ਜੀ। ਪਰ ਸਿਆਸਤ ਕਿਉਂ ਹੋ ਰਹੀ ਹੈ? ਸਿਆਸਤ ਤਾਂ ਜੀ ਫਿਰ ਗਲਤ ਹੋ ਰਹੀ ਆ ਜੀ, ਸ਼ਾਂਤ ਚੱਕਣਾ ਹੋਣੀ ਨਹੀਂ ਚਾਹੀਦੀ ਜੀ। ਸਮਝਦਾ ਇਹ ਰਸਤੇ ਨੂੰ ਸਿਰਫ ਗੁਰੂ ਘਰ ਲਈ ਵਰਤਿਆ ਜਾਵੇ, ਉਹਨਾਂ ਦਾ ਵੀ ਆਉਣਾ ਜਾਣਾ ਹੋਵੇ, ਸਾਡਾ ਵੀ ਆਉਣਾ ਜਾਣਾ ਹੋਵੇ। ਅੱਛਾ, ਲੱਗ ਰਿਹਾ ਕਿ ਜਿਵੇਂ ਪੰਜਾਬ ਸਰਕਾਰ ਜਾਂ ਫਿਰ ਕੇਂਦਰ ਸਰਕਾਰ, ਜਿਵੇਂ ਕਿਉਂਕਿ ਅੱਜ ਕੱਲ੍ਹ ਖਬਰ ਆ ਰਹੀ ਹੈ ਕਿ ਲਾਂਘੇ ਦੇ ਸੰਬੰਧੀ ਕੰਮ ਵੀ ਰੁਕਿਆ ਹੋਇਆ, ਫੰਡਾਂ ਦੀ ਘਾਟ ਦੱਸੀ ਜਾ ਰਹੀ ਹੈ,
ਤੁਹਾਨੂੰ ਲੱਗਦਾ ਕਿ ਸੰਜੀਦਾ ਹੈਗੀ ਹੈ ਇਸ ਮਾਮਲੇ ਪ੍ਰਤੀ, ਕਿਉਂਕਿ ਫੰਡ ਨਹੀਂ ਦਿੱਤੇ ਜਾ ਰਹੇ, ਇਹ ਕਹਿਣਾ ਹੈਗਾ ਕੁਝ ਟਰੱਕ ਡਰਾਈਵਰਾਂ ਦਾ? ਇਹ ਜੀ ਤਾਂ ਗੌਰਮੈਂਟ ਨੂੰ ਪਤਾ ਹੋਊਗਾ ਵੀ ਕੀ ਗੱਲ ਹੈ। ਪੰਜਾਬ ਸਰਕਾਰ ਵੀ ਜ਼ੋਰ ਲਾਵੇ, ਸੈਂਟਰ ਸਰਕਾਰ ਵੀ ਜ਼ੋਰ ਲਾਵੇ, ਵਿਰੋਧ ਤਾਂ ਨਹੀਂ ਹੋਣੀ ਚਾਹੀਦੀ। ਪਿਆਰ ਵਧਾਓ, ਪਿਆਰ ਵੰਡੋ, ਪਿਆਰ ਵੰਡਣ ਦੀ ਲੋੜ ਹੈ ਸਾਡੇ ਅਸਥਾਨਾਂ ਨੂੰ। ਸਾਨੂੰ ਅਸੀਂ ਚਾਹੁੰਦੇ ਹਾਂ ਅਸੀਂ ਆਪਦੇ ਅਸਥਾਨਾਂ 'ਤੇ ਜਾਣਾ, ਧਾਰਮਿਕ ਅਸਥਾਨਾਂ 'ਤੇ, ਸਾਨੂੰ ਉੱਥੇ ਜਾਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ ਜੀ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਕੁਲਜੀਤ ਸਿੰਘ। ਅੱਛਾ ਕੁਲਜੀਤ ਜੀ, ਲਾਂਘਾ ਖੁੱਲ੍ਹ ਰਿਹਾ, ਖੁਸ਼ੀ ਹੈਗੀ ਹੈ? ਬਹੁਤ ਖੁਸ਼ੀ ਹੈ ਜੀ, ਬਹੁਤ ਜ਼ਿਆਦਾ ਖੁਸ਼ੀ ਹੈ। ਗੁਰਦਾਵਾਂ ਦੇ ਦਰਸ਼ਨ ਹੋਣਗੇ, ਇਹ ਕਾਸ ਵੱਜੀ ਹੈ, ਔਰ ਹੁਣ ਤਾਂ ਵੈਸੇ ਵੀ ਗੁਰੂ ਨਾਨਕ ਦੇਵ ਆਪਣੇ ਨੇੜੇ ਆ ਗਿਆ ਜੀ ਪ੍ਰੋਗਰਾਮ। ਸੋ ਜਿਹੜੀ ਹੁਣ ਬਿਆਨਬਾਜ਼ੀ ਹੋ ਰਹੀ ਹੈ ਇਹ ਬਹੁਤ ਗਲਤ ਹੋ ਰਹੀ ਹੈ। ਇਹ ਬਿਆਨਬਾਜ਼ੀ ਹੋ ਕਿਉਂ ਰਹੀ ਹੈ, ਕਾਰਨ ਕੀ ਮੰਨਦੇ ਹੋ? ਇਹ ਜੀ ਵੇਖੋ, ਧਰਮ ਕੁਛ ਜਦੋਂ ਘੱਟ ਜਿਹੜਾ ਕੁਛ ਪਰਸੈਂਟ ਹੁੰਦਾ ਧਰਮ ਹਰੇਕ ਬੰਦਾ ਚਲੋ ਟਾਰਗੇਟ ਕਰਦਾ। ਹੁਣ ਉੱਧਰ ਦੇਖੋ, ਉਹਨਾਂ ਨੇ ਬਹੁਤ ਵਧੀਆ ਕੀਤਾ ਆਪਣਾ, ਪਾਕਿਸਤਾਨ ਤੋਂ ਉੱਧਰੋਂ ਪ੍ਰਧਾਨ ਮੰਤਰੀ ਨੇ ਆਪਣਾ ਕੰਮ ਨਿਬੇੜਿਆ ਹੋਇਆ। ਉੱਧਰ ਜਾ ਕੇ ਦੇਖਦੇ ਹਾਂ ਤਾਂ ਉੱਧਰੋਂ ਕੰਮ ਪੂਰਾ ਉਹਨਾਂ ਨੇ ਆਪਣਾ ਉਹਨਾਂ ਦਾ ਚੱਲ ਰਿਹਾ। ਹੁਣ ਇੱਧਰ ਜਿਹੜਾ ਇਹਨਾਂ ਦਾ ਬਿਲਕੁਲ ਬੰਦ ਪਿਆ ਹੈ, ਹੁਣ ਨੇੜੇ ਆ ਗਿਆ। ਸੋ ਇਹਨਾਂ ਸਰਕਾਰਾਂ ਨੂੰ, ਕੇਂਦਰ ਸਰਕਾਰ ਨੂੰ ਚਾਹੀਦਾ ਕੋਈ ਬਿਆਨਬਾਜ਼ੀ, ਕੋਈ ਪ੍ਰਧਾਨ ਮੰਤਰੀ ਦੀ ਕਿਸੇ ਦਾ ਕੋਈ ਬਿਆਨ ਨਹੀਂ ਆ ਰਿਹਾ ਇਹਦੇ ਉੱਤੇ, ਸਿਰਫ ਗਲਤ ਬਿਆਨਬਾਜ਼ੀ ਜ਼ਰੂਰ ਹੁਣ ਕੀਤੀ ਹੈ ਸਵਾਮੀ ਨੇ। ਸੋ ਇਹ ਕੰਮ ਨਹੀਂ ਚਾਹੀਦਾ, ਸਭ ਨੂੰ ਚਾਹੀਦਾ ਚਲੋ ਹਰੇਕ ਕੌਮ ਦਾ ਸਾਥ ਦੇਣਾ ਚਾਹੀਦਾ ਆ। ਸੋ ਇਹ ਬਹੁਤ ਗਲਤ ਆ, ਇਹ ਚਾਹੀਦਾ ਛੇਤੀ ਤੋਂ ਛੇਤੀ ਖੁੱਲ੍ਹੇ, ਸਾਡੇ ਅਸੀਂ ਦਰਸ਼ਨ ਦਿਦਾਰੀ ਕਰੀਏ, ਸਾਡਾ ਬਹੁਤ ਮਨ ਕਰਦਾ ਜਾਣ ਨੂੰ। ਅਤੇ ਇੱਦਾਂ ਦੀ ਬਿਆਨਬਾਜ਼ੀ ਬਹੁਤ ਹੀ ਗਲਤ ਆ, ਉਹ ਵੀ ਇਸ ਟਾਈਮ 'ਤੇ ਜਦ ਹੁਣ ਟਾਈਮ ਬਿਲਕੁਲ ਨੇੜੇ ਆ ਗਿਆ ਲਾਂਘੇ ਦਾ, ਕੋਰੀਡੋਰ ਦਾ, ਸਭ ਸੰਗਤ ਨੂੰ ਆਸ ਸੀ ਕਿ ਅਸੀਂ ਜਾਵਾਂਗੇ। ਹੁਣ ਇਸ ਟਾਈਮ 'ਤੇ ਬਹੁਤ ਬਹੁਤ ਹੀ ਮਦਭਾਗੀ ਆ ਇੱਦਾਂ ਦੀ ਬਿਆਨਬਾਜ਼ੀ। ਅੱਛਾ, ਜਿਵੇਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੀ ਗੱਲ ਕਰੀਏ, ਤੁਹਾਨੂੰ ਲੱਗਦਾ ਕਿ ਪੰਜਾਬ ਸਰਕਾਰ ਇਸ ਮਾਮਲੇ ਨੂੰ ਲੈ ਕੇ ਸੰਜੀਦਾ ਹੈਗੀ ਹੈ, ਕਦਮ ਚੁੱਕ ਰਹੀ ਹੈ? ਨਹੀਂ, ਪੰਜਾਬ ਸਰਕਾਰ ਵੀ ਸੰਜੀਦਾ ਨਹੀਂ ਹੈਗੀ ਜੀ। ਪੰਜਾਬ ਸਰ ਸੰਜੀਦਾ ਹੋਵੇ ਤਾਂ ਫਿਰ ਕੋਈ ਨਾ ਕੋਈ ਬਿਆਨਬਾਜ਼ੀ ਇਹਨਾਂ ਦੀ ਵੀ ਆਵੇ। ਬਿਲਕੁਲ ਇਹਨਾਂ ਦੀ ਕੋਈ ਬਿਆਨਬਾਜ਼ੀ ਇਸ ਟਾਈਮ ਆ ਨਹੀਂ ਰਹੀ। ਟਾਈਮ ਨੇੜੇ ਆ, ਕੋਈ ਬਿਆਨਬਾਜ਼ੀ ਨਹੀਂ, ਕੋਈ ਕੰਮ ਨਹੀਂ ਇੱਧਰਲੇ ਬੰਨਿਓ, ਬਹੁਤ ਕੰਮ ਬਿਲਕੁਲ ਠੱਪ ਪਿਆ ਆ। ਕਿਉਂਕਿ ਮੈਂ ਤਾਂ ਹੈ ਵੀ ਉਸ ਇਲਾਕੇ ਨੂੰ ਬਿਲੋਂਗ ਕਰਦਾ, ਅੰਮ੍ਰਿਤਸਰ ਜ਼ਿਲ੍ਹੇ ਨੂੰ ਬਿਲੋਂਗ ਕਰਦਾ, ਉਹ ਤਾਂ ਦੇਖਦੇ ਰਹਿੰਦੇ ਹਾਂ। ਬਹੁਤ ਇਹਨਾਂ ਨੂੰ ਚਾਹੀਦਾ ਛੇਤੀ ਤੋਂ ਛੇਤੀ ਕੰਮ ਨੇਪਰੇ ਚਾੜਨ। ਚਲੋ ਜੀ, ਇਹਨਾਂ ਨੂੰ ਵੀ ਉਹਦਾ ਲਾਹਾ ਮਿਲੂਗਾ, ਇਹ ਤਾਂ ਹੈ ਨਹੀਂ ਮਿਲੂਗਾ। ਅਤੇ ਸਿੱਧੂ ਗਿਆ, ਨਵਜੋਤ ਸਿੰਘ ਸਿੱਧੂ ਗਿਆ, ਉਹਨੇ ਆਪਣਾ ਕੰਮ ਕੀਤਾ ਹੈ, ਹੁਣ ਸਰਕਾਰਾਂ ਆਪਣਾ ਕੰਮ ਕਰਨ, ਕੇਂਦਰ ਸਰਕਾਰ ਆਪਣਾ ਕੰਮ ਕਰੇ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਲਗਾਤਾਰ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ, ਪਰ ਲਗਾਤਾਰ ਸਵਾਲ ਵੀ ਉੱਠੇ ਨੇ, ਸਵਾਲ ਉੱਠੇ ਨੇ ਕੇਂਦਰ ਸਰਕਾਰ ਦੇ ਉੱਤੇ, ਪੰਜਾਬ ਸਰਕਾਰ ਦੇ ਉੱਤੇ, ਕਿ ਇਸ ਲਾਂਘੇ ਬਾਬਤ ਦੋਵੇਂ ਸਰਕਾਰਾਂ ਸੰਜੀਦਾ ਕਿਉਂ ਨਹੀਂ? ਹਾਲਾਂਕਿ ਬਿਆਨਬਾਜ਼ੀਆਂ ਕਰਕੇ ਇਸ ਲਾਂਘੇ ਨੂੰ ਲੈ ਕੇ ਬਿਆਨਬਾਜ਼ੀਆਂ ਵੀ ਕੀਤੀਆਂ ਜਾ ਰਹੀਆਂ ਨੇ, ਕੁਝ ਭੜਕਾਊ ਬਿਆਨ ਵੀ ਦਿੱਤੇ ਜਾ ਰਹੇ ਨੇ, ਅਤੇ ਇਹਨਾਂ ਭੜਕਾਊ ਬਿਆਨਾਂ ਦੇ ਉੱਤੇ ਪੰਜਾਬ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਸਿਆਸਤ ਨੂੰ ਬੰਦ ਕਰਕੇ ਸਿਰਫ ਤੋਂ ਸਿਰਫ ਲਾਂਘਾ ਖੁੱਲ੍ਹਣਾ ਚਾਹੀਦਾ ਹੈ, ਕਿਉਂਕਿ ਉਹਨਾਂ ਨੂੰ ਆਸ ਹੈ ਕਿ ਜੇਕਰ ਲਾਂਘਾ ਖੁੱਲ੍ਹੇਗਾ ਤਾਂ ਦੋਵਾਂ ਦੇਸ਼ਾਂ ਦੇ ਵਿੱਚ ਪਿਆਰ ਭਾਵਨਾ ਵਧੇਗੀ, ਵਪਾਰ ਵਧੇਗਾ, ਅਤੇ ਇਸ ਵਪਾਰ ਦੇ ਨਾਲ ਦੋਵਾਂ ਦੇਸ਼ਾਂ ਦੇ ਵਿੱਚ ਖੁਸ਼ਹਾਲੀ ਵੀ ਵਧੇਗੀ। ਪਰ ਸਿਆਸਤ ਕਿਉਂ, ਇੱਕ ਵੱਡਾ ਸਵਾਲ ਹੈਗਾ। ਸੋ ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਬਸ ਇੰਨਾ ਹੀ। ਇਸ ਦੇ ਨਾਲ ਹੀ ਮੈਨੂੰ ਅਮਨਦੀਪ ਸਿੰਘ ਨੂੰ ਦਿਓ ਜਿਆ ਗਿਆ। ਧੰਨਵਾਦ।